ਤਾਂ ਅੱਜ ਮੁਕਾਬਲੇ ਦੇ ਦੌਰ 'ਚ ਸਕੂਲਾਂ ਦਾ ਸਾਰਾ ਜ਼ੋਰ ਬੱਚਿਆਂ ਨੂੰ ਡਾਕਟਰ ਇੰਜੀਨੀਅਰ ਤੇ ਸਾਇੰਸਦਾਨ ਬਣਾਉਣ ਦੇ ਵਿੱਚ ਲੱਗਿਆ ਹੋਇਆ ਜਿਸ ਕਰਕੇ ਉਹ ਕੁਦਰਤ ਤੇ ਵਾਤਾਵਰਨ ਪ੍ਰਤੀ ਜ਼ਿਆਦਾ ਜਾਗਰੂਕ ਨਹੀਂ ਹੋ ਪਾਉਂਦੇ ਪਰ ਚੰਡੀਗੜ੍ਹ ਦੇ ਸੈਕਟਰ 35 ਦੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਜੈਵਿਕ ਖੇਤੀ ਦੀ ਵੀ ਸਿਖਲਾਈ ਦਿੱਤੀ ਜਾ ਰਹੀ ਹੈ ਕਿਸ ਤਰ੍ਹਾਂ ਦੇਖੋ ਖਾਸ ਰਿਪੋਰਟ ਜਿੱਥੇ ਮਨੁੱਖ ਜ਼ਿੰਦਗੀ ਦਾ ਹਰ ਉਹ ਸਬਕ ਹਾਸਲ ਕਰਦਾ ਹੈ ਜੋ ਉਸਦੇ ਭਵਿੱਖ ਦੇ ਵਿੱਚ ਇੱਕ ਚੰਗਾ ਨਾਗਰਿਕ ਤੇ ਬਿਹਤਰ ਇਨਸਾਨ ਬਣਨ ਦੀ ਨੀਂਹ ਬਣਾਉਂਦਾ ਹੈ। ਪਰ ਚੰਡੀਗੜ੍ਹ ਦੇ ਸੈਕਟਰ 35 ਦਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਾ ਸਿਰਫ ਬੱਚਿਆਂ ਨੂੰ ਕਿਤਾਬੀ ਪੜ੍ਹਾਈ ਦੇ ਰਿਹਾ ਸਗੋਂ ਉਹਨਾਂ ਨੂੰ ਕੁਦਰਤ ਦੇ ਨਾਲ ਜੋੜਨ ਤੇ ਔਰਗੈਨਿਕ ਖੇਤੀਬਾੜੀ ਰਾਹੀਂ ਜ਼ਹਿਰ ਮੁਕਤ ਖੇਤੀ ਕਰਨ ਦੀ ਸਿਖਲਾਈ ਵੀ ਦੇ ਰਿਹਾ। ਸੋਹਣੀ ਦਿੱਖ ਤੇ ਪੌਸ਼ਟਿਕ ਤੱਤਾਂ ਦੇ ਨਾਲ ਭਰਪੂਰ ਇਹ ਸਬਜ਼ੀਆਂ ਕਿਸੇ ਕਿਸਾਨ ਦੇ ਖੇਤਾਂ ਦੀਆਂ ਨਹੀਂ ਸਗੋਂ ਸਕੂਲ ਦੇ ਵਿੱਚ ਬਣੇ ਕਿਚਨ ਗਾਰਡਨ ਦੀਆਂ ਨੇ ਜਿਨ੍ਹਾਂ ਨੂੰ ਇਹਨਾਂ ਨਿੱਕੇ ਨਿੱਕੇ ਬੱਚਿਆਂ ਨੇ ਆਪਣੀ ਮਿਹਨਤ ਦੇ ਨਾਲ ਉਗਾਇਆ। ਹੱਥ ਦੇ ਵਿੱਚ ਖੁਰਪੀ ਫੜ ਗੁਡਾਈ ਕਰਨਾ, ਕਿਆਰੀਆਂ ਨੂੰ ਪਾਣੀ ਦੇਣਾ ਤੇ ਨਾਲ ਹੀ ਸਮੇਂ-ਸਮੇਂ ਤੇ ਖਾਦ ਵਗੈਰਾ ਪਾਉਣਾ ਇਹਨਾਂ ਬੱਚਿਆਂ ਨੂੰ ਬਹੁਤ ਚੰਗਾ ਲੱਗਦਾ ਹੈ। ਇਹ ਨਿੱਕੇ ਕਿਸਾਨਾਂ ਨੇ ਨਾ ਸਿਰਫ ਸਬਜ਼ੀਆਂ ਬਲਕਿ ਕਈ ਕਿਸਮ ਦੇ ਫਲ ਵੀ ਸਕੂਲ ਦੇ ਕਿਚਨ ਗਾਰਡਨ ਦੇ ਵਿੱਚ ਉਗਾਏ ਨੇ। ਸਾਨੂੰ ਮੈਮ ਮਿਲਦੇ ਨੇ ਜਦੋਂ ਅਸੀਂ ਉਗਾਉਂਦੇ ਨੇ ਸਕੂਲ ਵਿੱਚ, ਫਿਰ ਅਸੀਂ ਘਰ ਸਾਨੂੰ ਤੋੜ ਕੇ ਵੀ ਦਿੰਦੇ ਆ ਸਰ, ਫਿਰ ਅਸੀਂ ਘਰ ਵੀ ਲੈ ਕੇ ਜਾਈਦਾ ਤਾਂ ਫਿਰ ਅਸੀਂ ਬਹੁਤ ਖੁਸ਼ ਹੋਈਦਾ ਕਿ ਸਾਡੇ ਕਿਚਨ ਗਾਰਡਨ ਵਿੱਚ ਇੰਨੀ ਵੈਜੀਟੇਬਲਸ ਵਗੈਰਾ ਅਤੇ ਫਰੂਟਸ ਵੀ ਉੱਗਦੇ ਨੇ ਸਾਡੇ ਵੈਜੀਟੇਬਲਸ। ਕਿਹੜੇ ਕਿਹੜੇ ਫਰੂਟ ਮੈਮ? ਸਾਨੂੰ ਸਟ੍ਰੋਬੇਰੀਜ਼ ਵੀ ਮਿਲਦੀਆਂ ਨੇ ਅਤੇ ਹੋਰ ਵੀ ਮੈਮ ਬਹੁਤ ਸਾਰੇ ਫਰੂਟਸ ਨੇ ਜਿਹੜੀ ਉੱਗਦੇ ਨੇ ਸਾਡੇ। ਅਸੀਂ ਮੈਮ ਘਰ ਵੀ ਉਗਾਈਦਾ ਹੈ ਅਤੇ ਬਹੁਤ ਵੀ ਉਗਾਉਂਦੇ ਹਾਂ। ਹਾਂਜੀ ਮੈਮ, ਅਤੇ ਬਹੁਤ ਖੁਸ਼ ਹੁੰਦੇ ਨੇ ਸਾਡੇ ਪੇਰੈਂਟਸ ਅਤੇ ਅਸੀਂ ਵੀ ਬਹੁਤ ਖੁਸ਼ ਹੁੰਦੇ ਨੇ ਕਿ ਸਾਡੀ ਕਿਚਨ ਗਾਰਡਨ ਵਿੱਚ ਹੋਏ ਹਾਂ ਅਤੇ ਅਸੀਂ ਬਹੁਤ ਐਕਸਾਈਟਿਡ ਹੁੰਦੇ ਨੇ ਕਿ ਸਾਡੇ ਕੋਲ ਵੈਜੀਟੇਬਲ ਸਾਇੰਸ। ਇਸ ਮੈਂ ਹਮਾਰੀ ਕਿਊਰੀਓਸਿਟੀ ਹੋਤੀ ਰਹਤੀ ਕਿ ਕਭੀ ਹੋਗੇਗਾ ਤਾਂ ਹਮ ਉਸੇ ਕਬ ਫਲ ਮਿਲੇਗਾ। ਤਾਂ ਮੈਮ ਲਾਈਕ ਜੈਸੇ ਕਿ ਮਾਰਕੀਟ ਮੈਂ ਹਮੇ ਐਪਲਸ ਮਿਲਤੇ ਹੈ ਤਾਂ ਮੈਮ ਐਪਲਸ ਮੈਂ ਉਹ ਵੈਕਸ ਡਾਲਤੇ ਤਾਂ ਕਿ ਉਹ ਹਮੇਸ਼ਾ ਮਤਲਬ ਜ਼ਿਆਦਾ ਦੇਰ ਤੱਕ ਉਹ ਸਹੀ ਰਹੇ, ਪਰ ਇਹ ਹਮਾਰੇ ਪੇਟ ਲਈ ਬਹੁਤ ਖਰਾਬ ਹੋਤੀ ਹੈ। ਪਰ ਹਮਾਰੇ ਜੋ ਇਧਰ ਉਗਤੇ ਹੈ ਤਾਂ ਇਧਰ ਫੁੱਲੀ ਔਰਗੈਨਿਕ ਹੋਤੇ, ਇਸਮੇਂ ਕੁਛ ਮਿਲਾਵਟ ਨਹੀਂ ਹੋਤੀ, ਫੁੱਲੀ ਰਾਈਪ ਹੋਤੇ ਜਿਸਕੋ ਹਮ ਖਾਤੇ ਤਾਂ ਕੁਛ ਪ੍ਰੋਬਲਮ ਨਹੀਂ ਹੋਤਾ ਮੈਮ। ਯੇ ਹੋਤਾ ਹੈ ਜਬ ਮੈਂ ਇਧਰ ਪਹਿਲੀ ਵਾਰ ਆ ਕੇ ਸਟ੍ਰੋਬੇਰੀ ਕੇ ਪੇੜ ਦੇਖਾ ਤਾਂ ਮੁਝੇ ਮਤਲਬ ਇਤਨੀ ਖੁਸ਼ੀ ਸੀ ਹੋਈ ਕਿ ਹਮਾਰੇ ਕਿਚਨ ਗਾਰਡਨ ਮੈਂ ਸਟ੍ਰੋਬੇਰੀ ਕਾ ਪੇੜ ਉਗ ਰਖਾ ਹੈ। ਯੈਸ ਮੈਮ, ਹਮੇ ਮਿਲਾ ਵੀ ਹੈ। ਇੱਕ ਦਿਨ ਐਗਜ਼ਾਮ ਕੇ ਦਿਨ ਹਮੇ ਸਟ੍ਰੋਬੇਰੀਜ਼ ਮਿਲੇ, ਸਰ ਨੇ ਬੁਲਾਇਆ ਤਾਂ ਹਮੇ ਸਟ੍ਰੋਬੇਰੀਜ਼ ਮਿਲੇ। ਔਰ ਹਮੇ ਸਰਦੀ ਕੇ ਮੌਸਮ ਮੈਂ ਰੈਡੀਸਿਜ਼ ਐਂਡ ਕੈਰਟਸ ਮਿਲਤੇ ਹੈ ਹਮੇ ਸਰਦੀ ਕੇ ਮੌਸਮ ਮੈਂ। ਮੈਮ ਮੈਨੂੰ ਨਾ ਕਿਚਨ ਗਾਰਡਨ ਜਾ ਕੇ ਬੜਾ ਅੱਛਾ ਲੱਗਦਾ ਹੈ ਕਿ ਜਦੋਂ ਸਾਨੂੰ ਕਿਚਨ ਗਾਰਡਨ ਵਾਲੇ ਸਰ ਸਾਰਾ ਕੁਝ ਦਿੰਦੇ ਹੈ, ਵੈਜੀਟੇਬਲਸ, ਫਰੂਟਸ, ਜਦੋਂ ਕਿ ਸਾਰੇ ਸਟੂਡੈਂਟਸ ਨੂੰ ਕੋਈ ਵੀ ਕੰਮ ਦੇਤਾ, ਜਿੱਦਾਂ ਕਿ ਤੁਸੀਂ ਵਾਟਰਿੰਗ ਪਲਾਂਟ ਕਰੋ, ਇਹਨੂੰ ਇੱਥੇ ਤੱਕ ਇੱਥੇ ਰੱਖੋ। ਕਿਚਨ ਗਾਰਡਨ ਮੈਂ ਜਬ ਮੈਂ ਤਾਂ ਮੇਰੇ ਕੋ ਬਹੁਤ ਅੱਛਾ ਲੱਗਤਾ ਹੈ ਕਿ ਇਤਨਾ ਸਾਰੇ ਵੈਜੀਟੇਬਲਸ ਹਮਾਰੇ ਕਿਚਨ ਗਾਰਡਨ ਮੇ ਹੈ। ਜਬ ਹਮੇ ਮੇਰੇ ਕੋ ਜਬ ਪਹਿਲੀ ਵਾਰ ਰੈਡਿਸ਼ ਮਿਲਾ ਥਾ ਤਾਂ ਮੈਨੇ ਆਪਣੀ ਮੰਮੀ ਕੋ ਬਤਾਇਆ, ਮੰਮੀ ਵੀ ਖੁਸ਼ ਹੋਏ ਔਰ ਮੈਂ ਵੀ ਖੁਸ਼ ਹੋਈ। ਗਾਰਡਨ ਮੇ ਆ ਕੇ ਬਹੁਤ ਅੱਛਾ ਲੱਗਤਾ ਹੈ, ਇਤਨੇ ਸਾਰੇ ਵੈਜੀਟੇਬਲਸ, ਫਰੂਟਸ, ਜਬ ਉਹ ਉਗਤੇ ਹੈ ਫਿਰ ਸਰ ਹਮੇ ਬੁਲਾਤੇ ਹੈ, ਫਿਰ ਸਰ ਹਮ ਸਭ ਸਟੂਡੈਂਟਸ ਕੋ ਦੇਤੇ ਵੀ ਹੈ, ਫਿਰ ਔਰ ਬਹੁਤ ਅੱਛੇ ਅੱਛੇ ਜੈਸੇ ਸਟ੍ਰੋਬੇਰੀ, ਸਾਰੇ ਫਰੂਟਸ, ਵੈਜੀਟੇਬਲਸ ਵੀ ਦਿੱਤੇ ਹੈ ਸਰ। ਪੜ੍ਹਾਈ ਤੋਂ ਥੋੜ੍ਹਾ ਹਟ ਕੇ ਬੱਚਿਆਂ ਨੂੰ ਕੁਦਰਤ ਨਾਲ ਜੋੜਨ ਦੀ ਕੋਸ਼ਿਸ਼ ਅਤੇ ਅੱਜ ਦੇ ਮਿਲਾਵਟ ਦੇ ਦੌਰ ਵਿੱਚ ਜ਼ਹਿਰ ਮੁਕਤ ਸਬਜ਼ੀਆਂ ਉਗਾਉਣ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦਾ ਜ਼ਿੰਮਾ ਚੁੱਕਿਆ ਸਕੂਲ ਦੇ ਹੀ ਮੁਲਾਜ਼ਮ ਪ੍ਰਦੀਪ ਕੁਮਾਰ ਨੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜੈਵਿਕ ਖੇਤੀ ਦਾ ਗਿਆਨ ਹੋ ਸਕੇ। ਪ੍ਰਦੀਪ ਅਕਸਰ ਇਹਨਾਂ ਸਬਜ਼ੀਆਂ ਦੀ ਵਰਤੋਂ ਸਕੂਲ ਦੇ ਵਿੱਚ ਹੀ ਤਿਆਰ ਹੁੰਦੇ ਮਿਡ ਡੇ ਮੀਲ ਦੇ ਵਿੱਚ ਕਰਦੇ ਨੇ। ਫਰਟੀਲਾਈਜ਼ਰ ਵਰਤਾ ਜਾ ਰਿਹਾ ਮਾਰਕੀਟੋਂ ਮੇ ਵੀ ਔਰ ਜ਼ਮੀਨ ਮੇ ਵੀ, ਤਾਂ ਕਿਉਂ ਨਾ ਹਮਨੇ ਇਹ ਆਈਡੀਆ ਇਸਕੋ ਪ੍ਰਮੋਟ ਕਰਿਆ ਕਿ ਸ਼ਿਕਸ਼ਾ ਕੇ ਸਾਥ ਜੈਵਿਕ ਖੇਤੀ ਕਾ ਮਤਲਬ ਪ੍ਰਯਾਸ ਕਰਿਆ ਜਾਏ, ਬੱਚੋਂ ਕੋ ਸਿਖਾਇਆ ਜਾਏ, ਤਾਂ ਕਿ ਬੱਚੇ ਆਗੇ ਚੱਲ ਕੇ ਔਰਗੈਨਿਕ ਐਂਡ ਨੋਨ ਔਰਗੈਨਿਕ ਕੀ ਕਮ ਸੇ ਕਮ ਪਹਿਚਾਨ ਤੋ ਕਰ ਸਕੇ, ਉਨਕੋ ਇਹ ਬਤਾ ਤੋ ਸਕੇ ਕਿ ਵੀ ਔਰਗੈਨਿਕ ਕਾ ਫਾਇਦੇ ਕਿਆ ਹੈ, ਉਸਕਾ ਸਵਾਦ ਕਿਆ ਹੈ, ਉਸਕੇ ਹਮਾਰੇ ਸਿਹਤ ਕੇ ਲਈ ਫਾਇਦੇ ਕਿਆ ਹੈ। ਤੋ ਜੈਸੇ ਬੱਚੋਂ ਨੇ ਬਤਾਇਆ, ਬੱਚੇ ਵੀ ਕਾਫੀ ਕਿਚਨ ਗਾਰਡਨ ਮੇ ਆ ਕੇ ਮੇਰੇ ਸੇ ਵੀ ਜ਼ਿਆਦਾ ਐਕਸਪਰਟ ਹੋ ਗਏ ਹੈ, ਕਿਉਂਕਿ ਇਹਨਾਂ ਨੇ ਬੜੀ ਇਹ ਦਿਲ ਸੇ ਕੰਮ ਕਰਤੇ ਆ ਕੇ ਨਾ, ਜਬ ਵੀ ਆਉਣਾ ਉਹਨਾਂ ਨੇ ਆਧਾ ਪੌਣਾ ਘੰਟਾ ਆਪਣੇ ਸ਼ੂਜ਼ ਨਿਕਾਲਦੇ ਨੇ, ਮਿੱਟੀ ਲਗਾ ਲੈਣੀ, ਸਾਰਾ ਮਤਲਬ ਇੱਕ ਐਕਟੀਵਿਟੀ ਹੈ, ਇਨਕੀ ਖੇਲ ਵੀ ਹੈ ਔਰ ਸਿੱਖਣਾ ਵੀ ਹੈ, ਤੋ ਇਹਨੇ ਮਜ਼ਾ ਵੀ ਆ ਰਿਹਾ। ਤੋ ਹਮਨੇ ਜੋ ਸ਼ੁਰੂ ਕਰਿਆ ਥਾ, ਹਮਾਰਾ ਮਕਸਦ ਇਹ ਹੈ ਕਿ ਬੱਚੋਂ ਕੋ ਕਮ ਸੇ ਕਮ ਜੈਸੇ ਮਿਡ ਡੇ ਮੀਲ ਜਾਤਾ ਹੈ ਕਲਾਸ 1 ਸੇ ਲੈ ਕੇ 8 ਤੱਕ, ਤੋ ਮੇਰਾ ਇਹੀ ਰਹਤਾ ਕਿ ਰੋਜ਼ ਬੱਚੋਂ ਕੋ ਨਾ ਇਸ ਕਿਚਨ ਗਾਰਡਨ ਸੇ ਔਰਗੈਨਿਕ ਸਲਾਦ ਮਿਲੇ। ਮੇਰਾ ਯਹਾਂ ਬੱਚੋਂ ਕੋ ਸਲਾਦ ਕਾ ਜੋ ਹੈ ਕਿਚਨ ਗਾਰਡਨ ਮੇ ਔਰ ਵੈਜੀਟੇਬਲ ਹਮ ਐਕਸਟਰਾ ਕਮ ਹੀ ਉਗਾਤੇ ਹੈ, ਸਲਾਦ ਵਾਲੀ ਜ਼ਿਆਦਾ ਉਗਾਤੇ ਹੈ, ਤਾਂ ਕਿ ਬੱਚੇ ਉਸਕੋ ਖਾਣਾ ਸਿੱਖੇ, ਕੱਚਾ ਖਾਏਂਗੇ ਡਾਈਜੈਸ਼ਨ ਠੀਕ ਰਹੇਗਾ,
पाचन क्रिया ठीक रहेगी और कम से कम घर के खाने की आदत होगी। आजकल बच्चे बर्गर और चीज़ों पिज्जा पे इन पर ध्यान दे रहे हैं क्योंकि रोटी सब्जी में तो कम ध्यान दे रहे हैं, तो उन बच्चों को इसकी तरफ लाना। दूसरी तरफ सारे बच्चे तो कोई डॉक्टर इंजीनियर IAS सिविल जो भी है वो बनने से रहे, तो हमारा देश जो है 70% किसान पर आधारित है, तो किसानी भी आधुनिक होगी। तो आधुनिक में भी हमें अगर इसको जैविक चाहे थोड़ा थोड़ा लेके जाएं, नहीं लेके जाएंगे तो उसका कंपटीशन ही ख़त्म हो जाएगा, उसके बारे में चर्चा ही ख़त्म हो जाएगी। अगर थोड़ा थोड़ा चल रहा है तो उसको बढ़ेगा, वो घटेगा नहीं। जैसे बच्चे सीख रहे हैं, जो स्कूल से चीज़ें सीखी जाती है वो कहीं नहीं सीखी जाती, जो स्कूल में जो बताई जाती है वो कहीं भी नहीं बताई जाती। यहाँ से बच्चे सीख के जब बड़े होते हैं, जब किसी पद पे जब वो बैठ जाते हैं, तो उस स्कूल वाले आइडिया को, स्कूल की सुनी बातों को इंप्लीमेंट करते हैं। स्कूल दे किचन गार्डन दे विच पाई जान वाली खाद भी बाजारों मुल नहीं लाई जाती, सगो स्कूल दे विच ही देसी तरीके दे नाल तैयार कीती जाती है। स्कूल च लगे पेड़ हैं उनसे Daily Post, Punjab, Haryana, Himachal, Journalism of Hope.